की हो गया भाई जी? क्या कोई नहीं भाई, यार नहीं पाई की चक्कर पै गया फिर सौदा हुंदा सीगा, हुंदा हुंदा रह गया, हुंदा हुंदा रह गया। बकरियां बकरियां छे हुई जी, एक बकरी मेरू आ ਮੇਰੂ ਚੈੱਕਣਾ ਕਰਕੇ ਲੈਣੀਆਂ ਹੁਣ ਉਹਦੀ ਜਗ੍ਹਾ ਤੇ ਇੱਕ ਬੱਕਰੀ ਹੋਰ ਪਾ ਲੈਣ ਛੇ ਕਰ ਲੈਣ ਬੱਕਰੀਆਂ ਹੈਗੀ ਇਹ ਗੱਲ ਕਹਿੰਦੇ ਉਹ ਕਹਿੰਦੇ ਹੁਣ ਪੰਜ ਲੈਣੀਆਂ ਵਾ ਫੋਨ ਨਾ ਕਰੀ ਜਿਹੜੀ ਦੇ ਬਾਈ ਕਹਿੰਦੇ ਉਹ ਪਾਓ ਮੇਰੂ ਆ ਬੱਕਰੀ ਜਿਹੜੀ ਮੇਰ चलो कोई नी कर लो एडजस्टमेंट कर लो भाई, एडजस्टमेंट कर लो कोई गल नहीं। तुसी बेच रहे हो ਮਹਿਲ ਲੈਣੀਆਂ ਨੇ? ਤੁਸੀਂ ਲੈਣੀਆਂ ਨੇ, ਦੇਣੀਆਂ ਕਿਹਨੇ ਨੇ? ਆਪਾਂ ਦੇਣੇ ਜੀ। ਅੱਛਾ ਫਿਰ ਉਹ ਜਿਹੜੀ ਇੱਕ ਮਾਰੂ ਕਹਿੰਦੇ ਨੇ ਉਹਦਾ ਕੀ ਚੱਕਰ ਆ? ਇਹ ਜੀ ਬੱਕਰੀ ਪਾਉਂਦੇ ਨੇਗੇ, ਬੱਕਰੀਆਂ ਪੰਜ ਲੈਣ ਲੱਗ ਗਏ, ਪਹਿਲਾਂ 7-6 ਬੱਕਰੀਆਂ ਲੈਂਦੇ ਸੀਗੇ। ਹਾਂ ਅਸੀਂ ਕਹੋ ਉਹਦੇ ਥਾਂ ਹੋਰ ਪਾ ਲਓ ਬੱਕਰੀ। ਅੱਛਾ ਜਾਣੀ ਤੁਸੀਂ ਕਹਿੰਦੇ ਵੀ 6 ਹੀ ਲਾਓ। ਹਾਂ ਫਿਰ ਤੁਸੀਂ ਵੀ ਭਾਈ 6 ਹੀ ਲਾਓ, ਜਦ ਮੈਂ ਕਿੱਥੇ ਇੱਕ ਬੱਕਰੀ ਇਹ ਕੱਢਦੇ ਆ, ਅਸੀਂ ਕਹੋ ਕੱਢ ਲੈਣ ਦੋ ਤੇ ਹੋਰ ਪਾ ਲਓ ਤੇ 4 ਹੀ ਲੈ ਜਾਣ, ਇੱਕ ਬੱਕਰੀ ਮੈਂ ਕਹਾਂ ਅਸੀਂ ਕੱਢ ਲੈਨੇ ਆ ਤੇ। ਅੱਛਾ ਜਾਂ ਫਿਰ ਤੁਸੀਂ 4 ਕਹਿੰਦੇ ਹੋ ਹੈ, ਜਾਂ ਫਿਰ 6। ਠੀਕ ਆ ਠੀਕ ਆ। ਅੱਛਾ ਹੁਣ ਅਗੇ ਕੱਢਦੇ। ਅੱਛਾ ਕੱਢਦੇ ਠੀਕ ਆ ਠੀਕ ਆ। ਇਹ ਗੱਲ ਆ ਦੋਸਤੋ, ਇੱਥੇ ਥੋੜ੍ਹਾ ਜਿਹਾ ਦੇਖੋ ਜਰਗ ਦੇ ਮੇਲੇ ਦੇ ਉੱਤੇ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਬੱਕਰੀਆਂ ਦਾ ਇੱਥੇ ਵਪਾਰ ਵੀ ਹੁੰਦਾ, ਪਰ ਇਸ ਤਰ੍ਹਾਂ ਦੀਆਂ ਥੋੜ੍ਹੀਆਂ ਛੋਟੀਆਂ ਗੱਲਾਂ ਪਿੱਛੇ ਕਈ ਵਾਰੀ ਜਿਹੜੇ ਵੱਡੇ ਵੱਡੇ ਸੌਦੇ ਨੇ, ਸੌਦਾ ਤਾਂ ਖਾਸਾ ਵੱਡਾ ਸੀ ਇਹ। ਜੀ ਹਾਂ ਸੌਦਾ ਵੱਡਾ ਸੀਗਾ ਜੀ। ਕਿੰਨੇ ਦਾ ਸੀਗਾ? ਇਸ ਦਾ 27000 ਰੁਪਇਆ ਲਾਉਂਦੇ ਸੀ ਇੱਕ ਬੱਕਰੀ ਦਾ। ਹਾਂ ਜੀ ਠੀਕ ਹੈ। ਫਿਰ ਹੁਣ ਤੁਸੀਂ ਵੀ ਐਡਜਸਟਮੈਂਟ ਕਰ ਲਓ, ਕਿਉਂਕਿ ਖਾਸਾ ਘਾਟਾ ਪੈਸਾ ਦਾ ਤੁਹਾਨੂੰ ਵੀ। ਹਾਂ ਜੀ ਹੈ ਜੀ, ਤੁਸੀਂ ਵੀ ਕਰ ਲਓ ਮੈਂ ਕਿਹਾ ਕੰਪਰੋਮਾਈਜ਼ ਕਰਦੇ। ਹੁਣ ਬੱਕਰੀ ਬਦਲਦੇ ਆ ਜੀ ਇਹ। ਅੱਛਾ ਬੱਕਰੀ ਕੱਢੀ ਜਾਂਦੇ ਵਿੱਚੋਂ ਬੱਕਰੀ ਕੱਢੀ ਜਾਂਦੇ। ਹਾਂ ਜੀ। ਫਿਰ ਹੁਣ ਹੋਊਗਾ ਸੌਦਾ ਕਿ ਜਾਂ ਠੱਪ ਹੋ ਗਿਆ? ਨਹੀਂ ਗਏ, ਠੱਪ ਹੋ ਗਿਆ ਜੀ, ਹੁਣ ਨਹੀਂ ਹੁੰਦਾ ਹੈ। ਠੰਡਾ ਹੋ ਗਿਆ। ਲਓ ਜੀ ਠੰਡਾ ਪੈ ਗਿਆ ਕੰਮ ਭਾਈ, ਦੇਖ ਸਕਦੇ ਹੋ ਤੁਸੀਂ। ਠੀਕ ਆ।